ਦੇ ਐਡਵੋਕੇਟ ਜਨਰਲ ਸੁਪਰੀਮ ਕੋਰਟ ਦੇ ਅੰਦਰ ਮੁੱਖ ਮੰਤਰੀ ਸਾਹਿਬ ਦੇ ਘਰ ਦੇ ਸਾਹਮਣੇ ਦੀ ਸੜਕ ਬੰਦ ਕਰਵਾ ਰੱਖਣ ਵਾਸਤੇ ਜਿਹੜੇ ਬਿਆਨ ਦੇ ਕੇ ਆਏ ਹੈ, ਮੈਂ ਉਸ ਬਿਆਨ ਦੇ ਕੰਨੀ ਉਹਦੇ ਹਵਾਲੇ ਨਾਲ ਅੱਜ ਇਲੈਕਸ਼ਨ ਕਮਿਸ਼ਨ ਕੋਲ ਇੱਕ ਦਰਖਾਸਤ ਦੇ ਕੇ ਆਇਆ। ਮੈਂ ਉਹਨਾਂ ਨੂੰ ਕਿਹਾ ਵੀ ਪੰਜਾਬ ਸਰਕਾਰ ਨੇ ਭੂਮਿਕਾ ਤਿਆਰ ਕਰਤੀ ਹੈ ਵੀ ਕੱਲ੍ਹ ਇਸ ਇਲੈਕਸ਼ਨ ਦੇ ਮਾਹੌਲ ਦੇ ਅੰਦਰ ਅਗਰ ਕਿਸੇ ਬੀਜੇਪੀ ਕੈਂਡੀਡੇਟ ਦੇ ਉੱਤੇ ਕੋਈ ਵੀ ਅਣਸੁਖਾਵੀਂ ਘਟਨਾ ਹੁੰਦੀ ਹੈ ਉਹਦੀ ਜ਼ਿੰਮੇਵਾਰ ਪੰਜਾਬ ਸਰਕਾਰ ਨਹੀਂ ਹੋਊਗੀ, ਕਿਉਂਕਿ ਐਡਵੋਕੇਟ ਜਨਰਲ ਸਾਹਿਬ ਸੁਪਰੀਮ ਕੋਰਟ 'ਚ ਬਿਆਨ ਦੇ ਕੇ ਆਏ ਹੈ ਜਿਹੜਾ ਮੈਂ ਨਹੀਂ ਕਹਿ ਰਿਹਾ। ਮੈਂ ਤੁਹਾਡਾ ਇੱਕ ਧਿਆਨ ਇਸ ਪਾਸੇ ਲੈ ਕੇ ਆਊਂਗਾ। ਇੱਕ ਸਟੇਟਮੈਂਟ ਜਿਹੜੀ ਹੈ ਸੁਪਰੀਮ ਕੋਰਟ ਦੇ ਜਸਟਿਸ ਸਾਹਿਬ ਕਹਿ ਰਹੇ ਹੈ, ਜਸਟਿਸ ਸੰਜੀਵ ਖੰਨਾ ਔਰ ਜਸਟਿਸ ਦੀਪਾਂਕਰ ਦੱਤਾ ਕੀ ਪੀਠ ਨੇ ਮਾਮਲੇ ਕੀ ਸੁਣਵਾਈ ਕਰਤੇ ਹੋਏ ਕਿਹਾ ਕਿ ਕਭੀ ਕਭੀ ਲੋਗੋਂ ਕੋ ਇਹ ਸੁਵਿਧਾ ਹੋਤੀ ਹੈ ਪਰ ਹਮੇਂ ਯੇ ਨਹੀਂ ਬੋਲਣਾ ਚਾਹੀਏ ਕਿ ਪੰਜਾਬ ਸਰਕਾਰ ਨੇ ਕਿਹਾ ਹੈ ਪੰਜਾਬ ਮੇਂ ਆਤੰਕਵਾਦ ਫਿਰ ਸੇ ਪਨਪ ਰਹਾ ਹੈ। ਪੰਜਾਬ ਸਰਕਾਰ ਸੁਪਰੀਮ ਕੋਰਟ 'ਚ ਕਹਿ ਕੇ ਆਈ ਹੈ ਵੀ ਪੰਜਾਬ ਦੇ ਅੰਦਰ ਟੈਰਰਿਜ਼ਮ ਆਪਣੇ ਪੈਰ ਫੈਲਾ ਰਿਹਾ ਹੈ। ਸਾਡੇ ਤਾਂ ਐਡਵੋਕੇਟ ਜਨਰਲ ਸਾਹਿਬ ਕਹਿੰਦੇ ਵੀ ਮੁੱਖ ਮੰਤਰੀ ਵੀ ਸੁਰੱਖਿਅਤ ਨਹੀਂ, ਪਹਿਲਾਂ ਮੂਸੇਵਾਲਾ ਮਾਰਿਆ ਗਿਆ ਹੁਣ ਮੁੱਖ ਮੰਤਰੀ ਦੀ ਜਾਨ ਨੂੰ ਖਤਰਾ ਹੈ। ਇਹਦਾ ਮਤਲਬ ਹੈ ਵੀ ਜਿਹੜੇ ਬੀਜੇਪੀ ਵਾਲੇ ਇੱਕ ਉਮੀਦਵਾਰ ਹੈ ਉਹਨਾਂ ਦੇ ਅਸੀਂ ਸਾਡਾ ਕੋਈ ਕੱਲ੍ਹ ਜ਼ਿੰਮੇਵਾਰੀ ਹੈ ਨਹੀਂ। ਇਸ ਕਰਕੇ ਮੈਂ ਇਲੈਕਸ਼ਨ ਕਮਿਸ਼ਨਰ ਸਾਹਿਬ ਨੂੰ ਜਿਹੜੀ ਗੱਲ ਕਹਿ ਕੇ ਆਇਆ, ਪਹਿਲੀ ਗੱਲ ਤਾਂ ਮੈਂ ਕਹੀ ਹੈ ਵੀ ਮੈਂ ਇਸ ਗੱਲ 'ਤੇ ਨਹੀਂ, ਇਹਦੇ ਨਾਲ ਐਡਵੋਕੇਟ ਜਨਰਲ ਜਾਂ ਪੰਜਾਬ ਸਰਕਾਰ ਦੇ ਨਾਲ ਮੈਂ ਇਸ ਗੱਲ 'ਤੇ ਸਹਿਮਤ ਨਹੀਂ ਵੀ ਪੰਜਾਬ ਦੇ ਅੰਦਰ ਆਤੰਕਵਾਦ ਪੈਰ ਫੈਲਾ ਰਿਹਾ ਹੈ। ਮੈਂ ਕਿਹਾ ਜੀ ਮੈਂ ਉਮੀਦ ਕਰਦਾ, ਹੋਪ, ਆਈ ਹੋਪ ਵੀ ਆਹ ਜਿਹੜੇ ਬਿਆਨ ਦਿੱਤੇ ਆ ਝੂਠੇ ਹੈ, ਵੀ ਇਹਨਾਂ ਨੇ ਸਿਰਫ ਆਪਣੀ ਭੂਮਿਕਾ ਬਣਾਉਣ ਵਾਸਤੇ ਐਵੇਂ ਜਾ ਕੇ ਉੱਥੇ ਗੱਲ ਕਹਿਤੀ, ਇਹਦੇ ਵਿੱਚ ਕੋਈ ਆਧਾਰ ਨਹੀਂ। ਜੇ ਇਹ ਜੇ ਆਧਾਰ ਹੈ ਫਿਰ ਇਲੈਕਸ਼ਨ ਕੀ ਹੋਣਗੇ ਸਭ ਪੰਜਾਬ ਦੇ ਅੰਦਰ? ਜੇ ਪੰਜਾਬ ਦੇ ਅੰਦਰ ਆਤੰਕਵਾਦ ਫੈਲ ਰਿਹਾ ਤਾਂ ਫਿਰ ਤਾਂ ਨਿਬੜ ਗਿਆ ਕੰਮ ਪੰਜਾਬ ਦਾ। ਤਾਂ ਵੀ ਹਿੰਦੁਸਤਾਨ ਦੇ ਅੰਦਰ 7 ਫੇਜ਼ ਦੇ ਅੰਦਰ ਇਲੈਕਸ਼ਨ ਇਸ ਕਰਕੇ ਹੋ ਰਿਹਾ ਵੀ ਸੁਰੱਖਿਆ ਮੁਹੱਈਆ ਕਰਵਾਈ ਜਾ ਸਕੇ ਸਾਰਿਆਂ ਨੂੰ, ਪਰ ਪੰਜਾਬ ਦਾ ਤਾਂ ਕੇਸ ਹੀ ਅੱਡ ਹੋ ਗਿਆ। ਪੰਜਾਬ 'ਚ ਤਾਂ ਟੈਰਰਿਜ਼ਮ ਹੈ, ਜੋ ਜੰਮੂ ਕਸ਼ਮੀਰ ਦੇ ਹਾਲਾਤ 370 ਤੋੜਨ ਤੋਂ ਪਹਿਲਾਂ ਸੀ ਉਹ ਹਾਲਾਤ ਇੱਥੇ ਬਣਨ ਦਾ ਕਹਿ ਰਹੇ ਆ ਭਗਵੰਤ ਮਾਨ ਜੀ। ਇੱਕ ਪਾਸੇ ਭਗਵੰਤ ਮਾਨ ਜੀ ਕਲੇਮ ਕਰਦੇ ਆ ਵੀ ਲਾਅ ਐਂਡ ਆਰਡਰ ਸਿਚੁਏਸ਼ਨ ਬੜੀ ਮਜ਼ਬੂਤ ਹੈ, ਬੜੀ ਸਥਿਤੀ ਸਾਡੇ ਕੰਟਰੋਲ 'ਚ ਹੈ, ਅਤੇ ਜਦੋਂ ਆਪ 'ਤੇ ਭੀੜ ਪਈ ਉਦੋਂ ਜਾ ਕੇ ਭਗਵੰਤ ਮਾਨ ਜੀ ਕਹਿ ਰਹੇ ਵੀ ਇੱਥੇ ਤਾਂ ਆਤੰਕਵਾਦ ਫੈਲ ਰਿਹਾ। ਸਭ ਕੋਈ ਆਤੰਕਵਾਦ ਨਹੀਂ ਫੈਲ ਰਿਹਾ ਪੰਜਾਬ ਦੇ ਅੰਦਰ, ਸਰਕਾਰ ਦੀ ਕਮਜ਼ੋਰੀ ਫੈਲ ਰਹੀ ਹੈ ਸਭ, ਸਰਕਾਰ ਦੀ ਨੀਅਤ ਦੇ ਉੱਤੇ ਸ਼ੱਕ ਹੈ। ਅਤੇ ਸਰਕਾਰ ਜਦੋਂ ਮੈਂ ਕਹਿੰਦਾ ਆਮ ਆਦਮੀ ਪਾਰਟੀ ਇਕੱਲੀ ਨਹੀਂ ਸਾਹਿਬ, ਉਹਨਾਂ ਦੇ ਭਾਈਵਾਲ ਕਾਂਗਰਸ ਵੀ ਇਹਦੇ ਵਿੱਚ ਸ਼ਾਮਿਲ ਹੈ। ਆਹ ਜੋ ਕੁਛ ਵੀ ਕੀਤਾ ਜਾ ਰਿਹਾ, ਜਿੱਥੇ ਸਾਡੇ ਕੈਂਡੀਡੇਟਸ ਦਾ ਵਿਰੋਧ ਹੋ ਰਿਹਾ, ਜਿੱਥੇ ਆਹ ਰੌਲਾ ਪੈ ਰਿਹਾ, ਕਿਸਾਨਾਂ ਦਾ ਤਾਂ ਨਾਮ ਬਦਨਾਮ ਕਰ ਰਹੇ ਹੈ ਦੋਨੋਂ ਤਿੰਨੋਂ ਰਲ ਕੇ ਸਾਹਿਬ, ਇਹ ਦੋਨੋਂ ਤਾਂ ਇਕੱਠੇ ਹੈ ਅਤੇ ਵਿਚਾਲੇ ਤੰਦੂਰ ਤਪਿਆ ਉਹਦੇ ਵਿੱਚ, ਅਕਾਲੀ ਵੀ ਆਪਣੀ ਰੋਟੀ ਸੇਕੀ ਜਾਂਦੇ ਆ, ਉਹ ਵੀ ਚਾਰ ਬੰਦੇ ਨਾਲ ਵਿਚਾਲੇ ਭੇਜ ਦਿੰਦੇ ਆ ਵੀ ਸਰਕਾਰ ਦੀ ਸ਼ੈ ਸਾਨੂੰ ਕਿਸੇ ਨੇ ਪੁੱਛਣਾ। ਅਤੇ ਆਹ ਜਿਹੜਾ ਪਰਸੋਂ ਸੁਰਿੰਦਰ ਪਾਲ ਕਿਸਾਨ ਜੀ ਦੀ ਡੈਥ ਹੋਈ ਹੈ,
ਬੜਾ ਸਾਨੂੰ ਉਸ ਗੱਲ ਦਾ ਅਫਸੋਸ ਹੈ, ਅਸੀਂ ਉਹਦੇ ਪਰਿਵਾਰ ਦੇ ਨਾਲ ਸਾਨੂੰ ਬੁੱਤੀ ਰੱਖਦੇ ਹਾਂ, ਪਰ ਉਹ ਵੀ ਅਕਾਲੀ ਦਲ ਦਾ ਕਾਰਜਕਰਤਾ ਸੀਗਾ ਸਾਹਿਬ। ਅਤੇ ਹਰਪਾਲਪੁਰਾ ਜੀ ਸਾਡੇ ਜਿਹੜੇ ਵਾਪਸ ਅਕਾਲੀਆਂ ਨੂੰ ਛੱਡ ਕੇ ਸਾਡੇ 'ਚ ਰਲੇ ਹੈ, ਉਹ ਪਹਿਲਾਂ ਕੁਲੀਗ ਸੀਗੇ, ਇਸ ਕਰਕੇ ਉਹਨਾਂ ਦਾ ਨਾਮ ਵੀ ਪਰਚੇ 'ਚ ਪਾਤਾ ਸਾਹਿਬ। ਸਾਰੇ ਪੰਜਾਬ ਨੇ ਵੀਡੀਓ ਦੇਖੀ ਹੈ ਵੀ ਸੁਰਿੰਦਰਪਾਲ ਜਿਹੜੇ ਕਿਸਾਨ ਸੀਗੇ ਉਹ ਗਰਮੀ ਦੇ ਅੰਦਰ ਆਪ ਗਸ਼ ਖਾ ਕੇ ਉੱਥੇ ਡਿੱਗ ਪੈਂਦੇ ਆ, ਕੋਈ ਉਹਨਾਂ ਦੇ ਨੇੜੇ ਬੰਦਾ ਨਹੀਂ, ਕੁਛ ਨਹੀਂ। ਅਤੇ ਉਹਦੇ ਉੱਤੋਂ ਉਹ ਲੋਕ ਪਰਚਾ ਕਰਵਾ ਰਹੇ ਹੈ ਜਿਹੜੇ ਉੱਥੇ, ਤੁਸੀਂ ਅਗਰ ਵੀਡੀਓ ਨੂੰ ਸੁਣੋ ਤਾਂ ਬੈਕਗਰਾਊਂਡ 'ਚ ਜਿਹੜਾ ਰੌਲਾ ਪੈ ਰਿਹਾ ਉਹ ਕਹਿੰਦੇ ਵੀਡੀਓ ਬਣਾਓ, ਵੀਡੀਓ ਬਣਾਓ। ਕਿਸੇ ਨੇ ਆਹ ਨਹੀਂ ਕਿਹਾ ਵੀ ਸੁਰਿੰਦਰਪਾਲ ਨੂੰ ਚੱਕੋ, ਕੋਈ ਪਾਣੀ ਪਿਆ ਹੋ ਜਾਂ ਕੋਈ ਮਾੜਾ ਮੋਟਾ ਹਵਾ ਦਿਓ, ਕੋਈ ਚੱਲੋ ਹਵਾ ਚੱਲੋ, ਵੀਡੀਓ ਬਣਾਓ। ਕਿਉਂਕਿ ਇਹ ਸਾਰੀ ਇੱਕ ਸੱਚ ਸੋਚੀ ਸਮਝੀ ਸਾਜਿਸ਼ ਦੇ ਤਹਿਤ ਇਹ ਸਾਰੇ ਰਲ ਮਿਲ ਕੇ ਬੀਜੇਪੀ ਤੋਂ ਡਰੀ ਜਾਂਦੇ ਆ, ਇਸ ਕਰਕੇ ਵੀ ਬੀਜੇਪੀ ਜੇ ਪਿੰਡਾਂ 'ਚ ਜਾ ਕੇ ਵੜ ਗਈ ਤਾਂ ਤੁਹਾਡੇ ਵਾਲਾ ਤਿੰਨਾਂ ਚਾਰਾਂ ਦਾ ਸੁਪੜਾ ਸਾਫ਼ ਹੈ। ਇਸ ਕਰਕੇ ਮੈਂ ਇਲੈਕਸ਼ਨ ਕਮਿਸ਼ਨ ਨੂੰ ਆ ਬੇਨਤੀ ਕਰਕੇ ਆਇਆ ਵੀ ਇੱਕ ਤਾਂ ਇੱਥੇ ਦੀ ਜਿਹੜੀ ਲੋਅ ਐਂਡ ਆਰਡਰ ਸਿਚੁਏਸ਼ਨ ਹੈ ਐਗਜੈਕਟ ਜੋ ਹੈ, ਸਰਕਾਰ ਕੁਛ ਕਹਿ ਰਹੀ ਹੈ, ਐਡਵੋਕੇਟ ਜਨਰਲ ਸਾਹਿਬ ਕੁਛ ਕਹਿ ਰਹੇ, ਮੈਂ ਸਹਿਮਤ ਨਹੀਂ। ਉਹ ਇੱਕ ਇੰਡੀਪੈਂਡੈਂਟ ਰਿਪੋਰਟ ਬਣਾ ਕੇ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੂੰ ਭੇਜਣ, ਐਂਡ ਆਈ ਹੋਪ ਦੈਟ ਦਿਸ ਸਟੇਟਮੈਂਟ ਇਜ਼ ਟੋਟਲੀ ਬੋਗਸ ਔਨ ਪਾਰਟ ਆਫ ਐਡਵੋਕੇਟ ਜਨਰਲ ਵੀ ਪੰਜਾਬ ਦੇ ਅੰਦਰ ਕੋਈ ਆਤੰਕਵਾਦ ਹੈ ਨਹੀਂ। ਜੇ ਹੈ ਤਾਂ ਉਹਦੇ ਵਾਸਤੇ ਫਿਰ ਇਲੈਕਸ਼ਨ ਕਮਿਸ਼ਨ ਨੂੰ ਸੋਚਣਾ ਪਊਗਾ ਸਾਹਿਬ, ਆ ਕੇ ਤਾਂ ਇਲੈਕਸ਼ਨ ਟਾਲਣ ਵਾਸਤੇ ਨਹੀਂ ਕੋਈ ਕਹਾਣੀਆਂ ਬਣਾਈ ਜਾ ਰਹੀ ਇਲੈਕਸ਼ਨ ਅਗਾਂਹ ਪਿਛਾਂ ਕਰ ਲਈਏ। ਬੜਾ ਗੰਭੀਰ ਮੁੱਦਾ ਸਾਹਿਬ ਆ ਮਸਲਾ, ਇਕੱਲੇ ਬੀਜੇਪੀ ਨੂੰ ਡੀਮੋਰਲਾਈਜ਼ ਕਰਨ ਦਾ ਨਹੀਂ, ਪੰਜਾਬ ਦੇ ਭਵਿੱਖ ਦੇ ਉੱਤੇ ਜਿਸ ਕਿਸਮ ਦੇ ਇਲਜ਼ਾਮ ਲੱਗ ਰਹੇ ਹੈ ਵੀ ਇੱਥੇ ਆਤੰਕਵਾਦ, ਆਹ ਮੇਰੇ ਵਰਡ ਨਹੀਂ ਹੈ, ਸਭ ਐਡਵੋਕੇਟ ਜਨਰਲ ਕਹਿ ਕੇ ਟੈਰਰਿਜ਼ਮ ਇਜ਼ ਟੇਕਿੰਗ ਰੂਟਸ ਇਨ ਪੰਜਾਬ। ਸੋ ਇਹਨੂੰ ਗੰਭੀਰਤਾ ਨਾਲ ਲੈਣ, ਆਹ ਮੈਂ ਬੇਨਤੀ ਕਰ ਗਿਆ। ਸਾਡੇ ਬੰਦੇ ਦੇ ਉੱਤੇ ਜਿਹੜਾ ਪਰਚਾ ਹੈ ਟੋਟਲੀ ਬੋਗਸ ਪਰਚਾ ਹੈ ਸਾਹਿਬ, ਅੰਡਰ ਪ੍ਰੈਸ਼ਰ ਚੀਫ ਮਿਨਿਸਟਰ ਦੇ ਹਿਦਾਇਤਾਂ ਨਾਲ, ਕਾਂਗਰਸ ਪਾਰਟੀ ਦੇ ਹਿਦਾਇਤਾਂ ਨਾਲ, ਉੱਥੇ ਇਹਨਾਂ ਦੀ ਆਪਸ 'ਚ ਮਿਲੀ ਭਗਤ ਹੈ, ਸਾਰੇ ਹੈ ਪੰਜਾਬ 'ਚ, ਸਾਰੇ ਹਿੰਦੁਸਤਾਨ 'ਚ ਮਿਲੀ ਭਗਤ ਹੈ ਸਾਡੇ ਕੈਂਡੀਡੇਟ ਦੇ ਉੱਤੇ। ਅਤੇ ਮੈਂ ਇਸ ਗੱਲ ਦੀ ਵੀ ਚਿੰਤਾ ਵਿਅਕਤ ਕੀਤੀ ਵੀ ਚਲੋ ਮਾਤੜ ਕਿਤੇ ਹੋਰ ਸਾਡੇ ਵਰਗਿਆਂ ਨਾਲ ਤਾਂ ਜੋ ਕੁਛ ਹੋਊਗਾ ਦੇਖਾਂਗੇ, ਪਰ ਇੱਕ ਮਹਿਲਾ ਉਮੀਦਵਾਰ ਉੱਥੇ ਜਿਸ ਕਿਸਮ ਦੀ ਸ਼ਬਦਾਵਲੀ ਇਸਤੇਮਾਲ ਕੀਤੀ ਗਈ ਹੈ ਮਹਾਰਾਣੀ ਪ੍ਰਨੀਤ ਕੌਰ ਦੇ, ਉਸਕਾ ਜਦੋਂ ਗੱਡੀ ਘੇਰ ਕੇ ਤਾਂ ਉੱਥੇ ਜੋ ਕੁਛ ਕਿਹਾ ਗਿਆ, ਮੈਂ ਸਮਝਦਾ ਕਿਸਾਨਾਂ ਨੂੰ ਸ਼ੋਭਾ ਨਹੀਂ ਦਿੰਦਾ। ਮੇਰੀ ਬੇਨਤੀ ਕਿਸਾਨਾਂ ਨੂੰ ਐਵੇਂ ਇਹਨਾਂ ਦੇ ਹੱਥਾਂ 'ਚ ਪਿੱਠੂ ਨਾ ਬਣੋ, ਇਹ ਤੁਹਾਨੂੰ ਇਸਤੇਮਾਲ ਕਰ ਰਹੀ ਹੈ ਜੋ ਬਹੁਤ ਹੀ ਮੰਦਭਾਗਾ ਹੈ, ਪਰ ਉਸ ਮਸਲੇ 'ਤੇ ਅਜੇ ਗੱਲਬਾਤ ਕਰਨੀ ਬਕਾਇਆ ਪਈ ਹੈ। ਕਿਸਾਨਾਂ ਵਾਲੀ ਗੱਲ ਵੀ ਮੈਂ ਕਰੂੰਗਾ, ਪਰ ਅੱਜ ਮੁੱਦਾ ਪੰਜਾਬ ਦੀ ਇਸ ਅਮਨ ਸ਼ਾਂਤੀ ਦੇ ਉੱਤੇ ਇਸ ਸਰਕਾਰ ਦੀ ਕੌੜੀ ਅੱਖ ਜਿਹੜੀ ਹੈ ਅਤੇ ਸਰਕਾਰ ਦੇ ਨਾਲ ਜਿਹੜੀ ਪਿੱਠੂ ਸੋ ਕਾਲਡ ਅਪੋਜੀਸ਼ਨ ਕਾਂਗਰਸ ਹੈ ਉਹਦੇ ਲੀਡਰਾਂ ਦੀ ਮੈਂ ਅੱਜ ਇਹਨਾਂ ਕੋਲ ਬੇਨਤੀ ਕਰਕੇ ਆਇਆ ਵੀ ਉਹਨਾਂ ਦੇ ਸਾਬਕਾ ਸੀਐਮ ਦਾ ਜਿਹੜਾ ਬਿਆਨ ਆਇਆ ਕੱਲ ਹਮਲੇ ਨੂੰ ਲੈ ਕੇ ਵੀ ਚਰਨਜੀਤ ਚੰਨੀ ਨੇ ਕਿਹਾ ਹੈ ਵੀ ਸਟੰਟ ਹੈ। ਇੱਕ ਮਿੰਟ ਸਾਹਿਬ, ਇੱਕ ਬਾਤ ਕਰ ਲੈ ਜਰਾ, ਇਹ ਬਿਲਕੁਲ ਸਾਹਿਬ, ਕਿਸ ਸੇ ਅਸਤੀਫਾ ਮੰਗਾ ਜੀ ਆਪਨੇ? ਬਿਲਕੁਲ ਬਿਲਕੁਲ ਸਾਹਿਬ ਬਿਲਕੁਲ, ਮੈਂ ਕੋਈ ਇਨਕੀ ਤਰ੍ਹਾਂ ਕਿਸੇ ਕੋ ਅੰਮਾ ਜਾਂ ਮੰਮੀ ਜਾਂ ਆਂਟੀ ਜਾਂ ਕੁਛ ਵੀ ਕਹਿ ਸਕਤੇ, ਵੈਸੇ ਨਹੀਂ ਕਹਿਤਾ, ਮੈਂ ਸੱਚ ਕੇ ਉੱਪਰ ਪਹਿਰਾ ਦਿੱਤਾ ਹੂੰ। ਔਰ ਇੱਕ ਪੰਜਾਬੀ ਹੋਣੇ ਕੇ ਨਾਤੇ ਮੇਰੇ ਲਈ ਸਭਸੇ ਪਹਿਲੇ ਦੇਸ਼ ਕੀ ਸੁਰੱਖਿਆ ਸਰਵੋਪਰੀ ਹੈ, ਸਭਸੇ ਪਹਿਲੇ ਹਮਾਰੇ ਫੌਜੋਂ ਕਾ ਮਨੋਬਲ ਔਰ ਉਨਕਾ ਪ੍ਰੋਤਸਾਹਨ ਕਰਨਾ ਮੇਰਾ ਧਰਮ ਬਣਤਾ ਹੈ। ਔਰ ਇਹ ਲੋਕ ਆਜ ਜੋ ਇਹ ਸਵਾਲ ਉਠਾ ਰਹੇ ਹੈ, ਚੰਨੀ ਜੀ ਕੇ ਜੋ ਬਿਆਨ ਆਏ ਹੈ ਸਾਹਿਬ, ਇਹ ਚੰਨੀ ਜੀ ਨਹੀਂ ਬੋਲ ਰਹੇ, ਇਹ ਚੰਨੀ ਜੀ ਕੇ ਅੰਦਰ ਇਹ 7-8 ਮਹੀਨੇ ਕੈਨੇਡਾ ਮੇਂ ਜੋ ਰਹਿ ਕੇ ਆਏ ਹੈ ਮਿਸਟਰ ਤਰੂਦੋ,
ये उनकी बोली बोल रहे हैं। ये लोग 8 महीने तक, मैं समझता हूँ, कनाडा के अंदर कौन सा थीसिस लिखने गए थे। ये कह रहे थे मैं वहाँ पे रिसर्च करने गया हूँ कांग्रेस। मैं समझता हूँ जो रिसर्च वहाँ से करके आए हैं भी किस तरह, कहते ना देश के ताबूत में कील ठोकने हैं, या पंजाबी च जिवें साढ़े कहते हैं ना भी साढ़े इन्हों ने आके उत्थे थीसिस लिख के आए भी कांग्रेस की फटिया च किल किवें ठोकने। चन्नी जी एक मात्र कांग्रेस के उम्मीदवार नहीं है, चन्नी जी कांग्रेस वर्किंग कमेटी के एक मेंबर भी हैं। हाईएस्ट डिसीजन मेकिंग बॉडी इन कांग्रेस इज CWC। पंजाब के दो नुमाइंदे हैं वहाँ पे, श्रीमती अंबिका सोनी जी और श्रीमान चन्नी जी। ये दोनों ने मिलके पंजाब को बदनाम करने का, पंजाब के अंदर आपसी सौहृदय जो भाईचारा बना हुआ है उसको दफन करने का इन्होंने कांग्रेस के साथ साथ स्कीम बनाई है भी कांग्रेस को दफन करना है। ये लोग ऐसे बयान, बेतुके बयान दे रहे हैं, जबकि एक तरफ आप राहुल गांधी जी के बयान देखिए, उन्होंने कहा है कि ये जो कुछ उन्होंने इसके ऊपर ट्वीट है, आप राहुल जी का ट्वीट देख लीजिए और चन्नी जी का ट्वीट देख लीजिए। कोई कांग्रेस पार्टी के प्रति खुंदक निकालने वाला ये जो है, ये लोग कांग्रेस की बेड़ी यही डुबोएंगे। चन्नी जी कह रहे हैं, मैंने किसी बात को स्टंट नहीं कहा, मैंने ये कहा था कि इस किस्म का जो माहौल है जहाँ पे परिवार एक अपने शहीद की बॉडी का इंतजार कर रहा था, उसको पहले यहाँ परिवार में आना चाहिए था और BJP के नेता आके यहाँ पे अपनी श्रद्धांजलि दे सकते थे। बिल्कुल सुनील इस बात से आज भी खड़ा है साहब, सुनील को चन्नी नहीं है, सुनील को ये वर्डिंग नहीं है, सुनील को ये दूसरे जो रोग रंग बदलते नहीं है साहब, सुनील चाहे जहाँ भी खड़ा है, सुनील के लिए राष्ट्रहित सर्वोपरि है। मैं पंजाबी हूँ साहब, ये रंग बदलने वालों में से नहीं हूँ, हम अपनी बात के ऊपर पहरा देते हैं। और मैं समझता हूँ कि इन लोगों में इतने गट्स नहीं है कि ये सच को सच कह सके। मैंने कोई बराट, मैंने तो उनका बयान का ना, उन्होंने साहब मैंने यही कहा है कि चन्नी जी थीसिस लिख के आए हैं कनाडा से, एक गरीब आदमी जो अपने आप को सुदामा कहते हैं वो थीसिस लिखने के लिए और कांग्रेस के ऊपर थीसिस लिखने के लिए कनाडा जाता है, तो वहां पे इनके कौन थे गाइड, कौन थे, त्रुदो जी थे क्या, कौन से प्रोफेसर से बैठ के इन्होंने लिखा? त्रुदो को, उनको प्राइम मिनिस्टर कनाडा को हर जगह साजिश नजर आ रही है आज, क्योंकि देश के बढ़ते हुए प्रभाव से चिंतित है। ये जो सो कॉल्ड 5 आई जो है, ये 6वीं आंख उन्होंने चन्नी जी को बना के भेजा।